ਤਰੁਣ ਨੂੰ ਸਰਕਾਰੀ ਹਿਦਾਇਤਾਂ ਅਨੁਸਾਰ ਭਰਤੀ ਕੀਤਾ ਜਾਵੇ। 2023 ਦਾ ਲੈਟਰ, ਇੱਕ ਸਾਲ ਹੋ ਗਿਆ, ਅੱਜ ਤੱਕ ਮੈਨੂੰ ਭਰਤੀ ਨਹੀਂ ਕੀਤਾ ਇਹਨਾਂ ਨੇ। ਮਾਨ ਸਾਹਿਬ ਮੇਰੇ ਨਾਲ ਹੁਣ ਤੁਸੀਂ ਕਹਿੰਦੇ ਹੋ ਕਿ ਤੁਸੀਂ ਗਰੀਬ ਬੰਦੇ ਨਾਲ ਧੱਕਾ ਨਹੀਂ ਹੋਣ ਦਿੰਦੇ, ਆਹ ਇੱਕ ਵਾਰ ਨਹੀਂ 3 ਵਾਰ ਹੋ ਰਿਹਾ ਮਾਨ ਸਾਹਿਬ। ਮੈਂ ਸਰਕਾਰਾਂ ਨਾਲ ਕੋਈ ਫਾਈਟ ਨਹੀਂ ਕਰ ਰਿਹਾ, ਮੈਂ ਤਾਂ ਆਪਣਾ ਹੱਕ ਮੰਗ ਰਿਹਾ ਜਿਹੜਾ ਮੈਂ ਡਿਜ਼ਰਵਿੰਗ। ਮੈਂ ਹੁਣ ਈਸ਼ਰ ਭਾਈ ਨੂੰ ਲੈ ਕੇ ਜਾਣਾ ਡਾਇਰੈਕਟਰ ਸਾਹਿਬ ਤੋਂ, ਅਤੇ ਉੱਥੇ ਜਾ ਕੇ ਪੁੱਛੂੰਗਾ ਕੀ ਰੀਜ਼ਨ ਰਿਹਾ ਤੁਸੀਂ ਮੇਰਾ ਨਾਮ ਕੱਟਿਆ। ਕੈਪਟਨ ਅਮਰਿੰਦਰ ਸਿੰਘ ਜੀ ਤਾਂ ਕੁਛ ਕਰਦੇ ਹੀ ਨਹੀਂ ਸੀਗੇ, ਤਾਂ ਹੀ ਤਾਂ ਸਾਨੂੰ ਲੋਕਾਂ ਨੇ ਸਾਈਡ 'ਤੇ ਕਰਿਆ। 5 ਮਿੰਟਾਂ ਦੇ MSP ਦੀ ਗੱਲ ਕਰਦੇ ਸੀ, ਅੱਜ ਸ਼ੁਕਰਨ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਮਾਨ ਸਾਹਿਬ ਦੇ ਵੀ ਬੇਟਾ ਜਦੋਂ ਬੱਚੀ ਜਦੋਂ ਬੇਟੀ ਵੱਡੀ ਹੋਣੀ ਹੈ ਤਾਂ ਉਹ ਵੀ ਕਿਸੇ ਨਾ ਰੋਲ ਮਾਡਲ ਮੰਨੂਗੀ, ਉਹ ਗੈਂਗਸਟਰ ਨੂੰ ਰੋਲ ਮਾਡਲ ਮੰਨੂਗੀ ਜਿਹੜੇ ਜੇਲ੍ਹਾਂ 'ਚੋਂ ਫੋਨ ਕਰ ਕਰਕੇ ਫਿਰੌਤੀਆਂ ਮੰਗ ਲੈਂਦੇ ਨੇ। ਕਹਿੰਦੇ ਹੌਂਸਲੇ ਨੂੰ ਸਲਾਮਾਂ ਹੁੰਦੀਆਂ ਨੇ, ਉੱਡਣ ਦੇ ਲਈ ਸਿਰਫ ਪਰ ਹੀ ਨਹੀਂ ਹੌਂਸਲਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਤੁਹਾਨੂੰ ਇੱਕ ਇਹੀ ਖਿਡਾਰੀ ਨਾਲ ਮਿਲਾਉਣ ਜਾ ਰਹੇ ਨੇ ਜੋ ਪੈਰਾ ਖਿਡਾਰੀ ਨੇ ਪਰ ਉਹਨਾਂ ਦਾ ਹੌਂਸਲਾ ਇੰਨਾ ਬੁਲੰਦ ਆ, ਏਸ਼ੀਆ ਤੱਕ ਪਹੁੰਚ ਗਏ ਅਤੇ ਅਮਰੀਕਾ ਤੱਕ ਪਹੁੰਚ ਗਏ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਪਰ ਅੱਜ ਉਹ ਸਰਕਾਰੀ ਹਿਤੈਸ਼ ਨੇ, ਸਰਕਾਰੀ ਨੌਕਰੀ ਦੀ ਡਿਮਾਂਡ ਕਰ ਰਹੇ ਨੇ। ਸਰਕਾਰ ਉਹਨਾਂ ਨੂੰ ਲਾਰੇ ਜ਼ਰੂਰ ਲਾਉਂਦੀ ਰਹੀ ਆ ਪਰ ਹਜੇ ਤੱਕ ਵੀ ਨੌਕਰੀ ਨਹੀਂ ਦਿੱਤੀ ਗਈ। ਗੱਲ ਕਰ ਰਹੇ ਹਾਂ ਤਰੁਣ ਸ਼ਰਮਾ ਦੀ, ਉਹਨਾਂ ਨੂੰ ਮਿਲਾਉਣੇ ਤੁਹਾਨੂੰ। ਤਰੁਣ ਜੀ, ਦੇਖਿਆ ਹੋਵੇ ਤੁਸੀਂ ਪੈਰਾ ਕਰਾਟੇ ਖੇਡ ਰਹੇ ਹੋ, ਦੇਸ਼ ਦਾ ਨਾਮ ਰੌਸ਼ਨ ਕੀਤਾ ਬਹੁਤ, ਪਰ ਸਰਕਾਰ ਨੇ ਤੁਹਾਡੀ ਕਦੇ ਬਾਂਹ ਨਹੀਂ ਫੜੀ, ਕੀ ਵਜ੍ਹਾ ਰਹੀ? ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਅਤੇ ਔਡੀਅੰਸ ਦਾ ਅਤੇ ਈਸ਼ਰ ਬਾਈ ਜੀ ਦਾ ਜਿਹੜੇ ਹੁਣ ਸਪੋਰਟ ਕਰ ਰਹੇ ਨੇ ਮੈਨੂੰ, ਅਤੇ ਪਹਿਲੇ ਵੀ ਇਹਨਾਂ ਨੇ ਕਰੀ। ਅਤੇ ਬਾਈ ਮੇਰੇ ਹੱਥੀ ਨਾ ਲੈਟਰ, 2023 ਦੇ ਵਿੱਚ ਮੈਂ ਏਸ਼ੀਅਨ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਲੈ ਕੇ ਪੰਜਾਬ ਦੇ ਲਈ ਹਿਸਟਰੀ ਬਣਾਈ। ਅੱਜ ਤੋਂ ਪਹਿਲਾਂ ਕਰਾਟੇ 'ਚ ਮੈਡਲ ਨਹੀਂ ਸੀਗਾ, ਮੈਂ 2 ਵਾਰ ਲਿਆ ਕੇ ਬਣਾਇਆ। ਅਤੇ ਦਫ਼ਤਰ ਡਾਇਰੈਕਟਰ ਖੇਡ ਵਿਭਾਗ ਵੱਲੋਂ ਲੈਟਰ ਆ ਗਿਆ ਕਿ ਅਸੀਂ ਆ 3 ਮਤਲਬ ਜਿਹੜੀ ਡਿਪਾਰਟਮੈਂਟ ਨੇ ਇਹਨਾਂ ਨੂੰ ਕਿਹਾ ਹੈ ਕਿ ਤਰੁਣ ਨੂੰ ਸਰਕਾਰੀ ਹਿਦਾਇਤਾਂ ਅਨੁਸਾਰ ਭਰਤੀ ਕੀਤਾ ਜਾਵੇ। 2023 ਦਾ ਲੈਟਰ, 1 ਸਾਲ ਹੋ ਗਿਆ, ਅੱਜ ਤੱਕ ਮੈਨੂੰ ਭਰਤੀ ਨਹੀਂ ਕੀਤਾ ਇਹਨਾਂ ਨੇ। ਉਹ ਤੋਂ ਬਾਅਦ ਆ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਇੱਕ ਇੰਟਰਵਿਊ ਦੀ ਲਿਸਟ ਜਾਰੀ ਕੀਤੀ ਗਈ ਸਪੋਰਟਸ ਸੁਪਰਵਾਈਜ਼ਰ ਦੀ, ਜਿਹਦੇ ਵਿੱਚ ਮੇਰਾ ਨਾਮ 7ਵੇਂ ਨੰਬਰ 'ਤੇ ਸੀਗਾ। ਅਸੀਂ ਦੇਖ ਸਕਦੇ ਹੋ ਤਰੁਣ ਸ਼ਰਮਾ, ਰਾਮਮੂਰਤੀ, 6/4/1999, ਖੰਨਾ। ਅਤੇ ਮੈਂ ਖੁਸ਼ ਹੋ ਗਿਆ, ਮੇਰੇ ਪਰਿਵਾਰ ਵਾਲੇ ਖੁਸ਼ ਹੋ ਗਏ ਕਿ ਬਾਬੇ ਨੇ ਸੁਣ ਲਈ ਅਤੇ ਹੁਣ ਗੌਰਮੈਂਟ ਜੋਬ ਮਿਲ ਜੂਗੀ। ਮੈਂ ਤਿਆਰੀ ਸ਼ੁਰੂ ਕਰਤੀ ਅਤੇ 4 ਦਿਨ ਪਹਿਲਾਂ ਲਿਸਟ ਜਾਰੀ ਹੋਈ ਜਿਹ 'ਚ ਮੇਰਾ ਨਾਮ ਹੀ ਨਹੀਂ ਸੀਗਾ, ਇਹ 'ਚ ਨਾਮ ਹੀ ਨਹੀਂ ਆਇਆ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਮੈਂ ਐਡਾ ਬੜਾ ਖੇਡਿਆ ਹੋਇਆ, ਏਸ਼ੀਅਨ ਚੈਂਪੀਅਨਸ਼ਿਪ 'ਚੋਂ ਮੈਡਲ ਦਿੱਤੇ, ਹਿਸਟਰੀ ਬਣਾਈ ਹੋਈ ਅਤੇ ਮੇਰਾ ਨਾਮ ਹੀ ਕੱਢਤਾ। ਫਿਰ ਉਸ ਤੋਂ ਬਾਅਦ ਮੈਂ ਈਸ਼ਰ ਬਾਈ ਨੂੰ ਸੰਪਰਕ 'ਚ ਆਇਆ, ਮੈਂ ਬਾਈ ਨੂੰ ਸਾਰੀ ਗੱਲ ਦੱਸੀ ਅਤੇ ਅੱਗੇ ਬਾਈ ਜੀ ਤੁਹਾਨੂੰ ਦੱਸਣਗੇ। ਬਾਈ ਜੀ, ਦੇਖਿਆ ਜਾਵੇ ਤਾਂ ਤੁਸੀਂ ਜਿਸ ਤਰ੍ਹਾਂ ਮੈਡਲ ਲੈ ਕੇ ਆਏ ਉਦੋਂ ਬੱਸ 'ਚ ਹੀ ਆਏ ਸੀਗੇ ਵਾਪਸ, ਵੀ ਏਸ਼ੀਅਨ ਗੇਮਾਂ ਜਿੱਤ ਕੇ ਵੀ ਜਦੋਂ ਬੱਸ 'ਚ ਆਏ ਸੀ, ਉਹ ਕਿਉਂ ਰਿਹਾ? ਉਹੀ ਮੈਨੂੰ ਸਮਝ ਨਹੀਂ ਆਈ, ਮੈਨੂੰ ਖੁਦ ਨਹੀਂ ਸਮਝ ਲੱਗੀ ਕੀ ਰਿਹਾ ਕੀ ਨਹੀਂ ਰਿਹਾ। ਮੈਂ ਆਇਆ 3 ਵਾਰ ਹੋ ਗਿਆ, 1 ਵਾਰ ਨਹੀਂ 3 ਵਾਰ, ਮੇਰਾ ਭਰਾ ਆਉਂਦਾ, ਹਾਰ ਲਿਆਉਂਦਾ, ਸਭ ਕੁਝ ਲਿਆਉਂਦਾ, ਮੈਨੂੰ ਐਕਟਿਵਾ 'ਤੇ ਬਿਠਾ ਕੇ ਘਰੇ ਲੈ ਜਾਂਦਾ। ਬਟ ਮੈਂ ਇੱਕ ਗੱਲ ਕਲੀਅਰ ਕਰੂੰਗਾ, ਕੋਈ ਮੈਨੂੰ ਪਿੱਕ ਕਰੇ ਨਾ ਕਰੇ, ਮੈਂ ਇਸੇ ਤਰ੍ਹਾਂ ਆਪਣਾ ਪੰਜਾਬ ਆਪਣੇ ਦੇਸ਼ ਦਾ ਨਾਮ ਚਮਕਾਉਂਦਾ ਰਹੂੰਗਾ ਜਦ ਤੱਕ ਮੇਰੇ ਸਰੀਰ 'ਚ ਜਾਨ ਹੈ। ਤੁਸੀਂ ਕਰਾਟੇ ਖੇਡ ਰਹੇ, ਕੋਈ ਤਾਂ ਸੋਚਦਾ ਵੀ ਨਹੀਂ ਸੀਗਾ ਵੀ ਪੈਰਾ ਖਿਡਾਰੀ ਖੋਏਗਾ ਜੋ ਕਰਾਟੇ 'ਚ ਦੇਸ਼ ਦਾ ਨਾਮ ਰੋਸ਼ਨ ਕਰੇਗਾ। ਦੇਖੋ, ਮੈਂ ਪੰਜਾਬ ਦਾ ਇਕਲੌਤਾ ਹੀ ਖਿਡਾਰੀ ਹਾਂ ਔਰ 50% ਡਿਸੇਬਲਡ ਹਾਂ, ਅਤੇ ਮਾਨ ਸਾਹਿਬ ਨੂੰ ਮੈਂ ਇਹੀ ਬੇਨਤੀ ਕਰ ਦਾਂਗੇ, ਮਾਨ ਸਾਹਿਬ ਮੇਰੇ ਨਾਲ ਹੁਣ ਤੁਸੀਂ ਕਹਿੰਦੇ ਹੋ ਕਿ ਤੁਸੀਂ ਗਰੀਬ ਬੰਦੇ ਨਾਲ ਧੱਕਾ ਨਹੀਂ ਹੋਣ ਦਿੰਦੇ, ਆਹ 1 ਵਾਰ ਨਹੀਂ 3 ਵਾਰ ਹੋ ਰਿਹਾ ਮਾਨ ਸਾਹਿਬ। ਜੇ ਮੇਰੀ ਆਵਾਜ਼ ਤੁਹਾਡੇ ਤੱਕ ਜਾ ਰਹੀ ਆ ਤਾਂ ਮੈਂ ਕੋਈ ਤੁਹਾਡੀ ਮੇਰੇ ਨਾਲ ਕੋਈ ਦੁਸ਼ਮਣ ਹੀ ਨਹੀਂ ਹੈ, ਮੈਂ ਸਰਕਾਰਾਂ ਨਾਲ ਕੋਈ ਫਾਈਟ ਨਹੀਂ ਕਰ ਰਿਹਾ, ਮੈਂ ਤਾਂ ਆਪਣਾ ਹੱਕ ਮੰਗ ਰਿਹਾ ਜਿਹੜਾ ਮੈਂ ਡਿਜ਼ਰਵਿੰਗ ਹਾਂ। ਅਗਰ ਇਹ ਜਿਹਾ ਕੁਛ ਹੁੰਦਾ ਤੁਸੀਂ ਮੇਰੇ ਲਿਸਟ 'ਚ ਨਾਮ ਨਾ ਪਾਉਂਦੇ,
ਤੁਸੀਂ ਮੈਨੂੰ ਲੈਟਰਸ ਨਾ ਭੇਜਦੇ, ਤੁਸੀਂ ਡਿਪਾਰਟਮੈਂਟ ਨੂੰ ਨਾ ਕਹਿੰਦੇ ਵੀ ਇਹਨੂੰ ਰੱਖੋ। ਸੋ ਕਿਤੇ ਨਾ ਕਿਤੇ ਮਾਨ ਸਾਹਿਬ ਜੇ ਤੁਸੀਂ ਸੁਣ ਰਹੇ ਹੋ ਤਾਂ ਮੇਰੇ ਗਰੀਬ 'ਤੇ ਆਪਣਾ ਹੱਥ ਰੱਖੋ ਤਾਂ ਕਿ ਜੋ ਮੇਰਾ ਬਣਦਾ ਮਾਨ ਸਨਮਾਨ ਆ ਮੈਨੂੰ ਮਿਲੇ। ਉਹਨਾਂ ਨੇ ਕੋਈ ਕਾਰਨ ਦੱਸਿਆ ਵੀ ਨਾਮ ਕਿਉਂ ਕੱਢਿਆ ਗਿਆ ਲਿਸਟ 'ਚ ਨਾਮ ਆਉਣ ਦੇ ਬਾਵਜੂਦ? ਹਜੇ ਤੱਕ ਇਹੋ ਜਿਹਾ ਕੁਛ ਨਹੀਂ ਹੋਇਆ। ਮੈਂ ਹੁਣ ਈਸ਼ਰ ਭਾਈ ਨੂੰ ਲੈ ਕੇ ਜਾਣਾ ਡਾਇਰੈਕਟਰ ਸਾਹਿਬ ਤੋਂ, ਅਤੇ ਉੱਥੇ ਜਾ ਕੇ ਪੁੱਛੂੰਗਾ ਕੀ ਰੀਜ਼ਨ ਰਿਹਾ ਤੁਸੀਂ ਮੇਰਾ ਨਾਮ ਕੱਟਿਆ। ਈਸ਼ਰਪ੍ਰੀਤ ਜੀ, ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਨਾਮ ਆ ਰਿਹਾ ਤੁਹਾਡੇ ਤੱਕ ਅਪਰੋਚ ਇਹਨਾਂ ਨੇ ਕੀਤੀ, ਤੁਸੀਂ ਅੱਗੇ ਲੈ ਕੇ ਆਏ, ਕੀ ਵਜ੍ਹਾ ਸਮਝਦੇ? ਵਜ੍ਹਾ ਤਾਂ ਬਾਈ ਮੂਰਖਮਾਂ ਤਾਂ ਹੀ ਸਮਝਦੇ ਹਾਂ ਕਿ ਇਹੋ ਜਿਹੇ ਰੋਲ ਮਾਡਲਾਂ ਨੂੰ ਅਸੀਂ ਪਿੱਛੇ ਕਰੀ ਜਾਂਦੇ ਹਾਂ। ਹੁਣ ਇਹ ਵਿਚਾਰੇ ਦਾ ਜਦੋਂ ਨਾਮ ਆਇਆ ਲਿਸਟ ਦੇ ਵਿੱਚ, ਵਿਚਾਰਾ ਤਾਂ ਹੈ ਨਹੀਂ ਗਾ ਇਹ, ਕਿਉਂਕਿ ਹੌਸਲਾ ਇਹ, ਜਦੋਂ ਸਾਡੇ ਵਰਗਾ ਬੰਦਾ ਵੀ ਇਹਦੇ ਵੱਲ ਦੇਖਦਾ, ਅੱਜ ਬੱਚੇ ਦਾ ਕੀ ਹਾਲਾਤ ਨੇ, ਡਿਪਰੈਸ਼ਨ 'ਚ ਜਾ ਰਹੇ ਨੇ। ਆਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਡਿਸੇਬਲ ਹੋਣ ਦੇ ਕਾਰਨ ਵੀ, ਕਿਸਮਤ ਨੇ ਇਹਨਾਂ ਨੂੰ ਦੇਖੋ ਕਿੰਨੀ ਵੱਡਾ ਉਹ ਕਰਿਆ, ਇਹਨਾਂ ਨੇ ਕਿਸਮਤ ਨੂੰ ਵੀ ਅੱਖਾਂ ਦਿਖਾਈਆਂ, ਹੈ ਨਾ। ਕੁਦਰਤ ਦੇ ਨਾਲ ਇਹ ਓਪੋਜ਼ਿਟ ਕੁਦਰਤ ਦੇ ਲੜੇ ਨੇ ਕਿ ਆ ਜਾਓ ਤੁਹਾਨੂੰ ਅਸੀਂ ਦੱਸਦੇ ਹਾਂ, ਅਸੀਂ ਜੋ ਵੀ ਹਾਂ ਫਿਰ ਵੀ ਅਸੀਂ ਹਾਲਾਤਾਂ ਦੇ ਨਾਲ ਲੜੂੰਗੇ। ਹਾਲਾਤਾਂ ਦੇ ਨਾਲ ਲੜ ਕੇ ਅੱਜ ਇੱਥੇ ਤੱਕ ਬੈਠੇ ਹੈ ਕਿ ਅੱਜ ਸਾਰਾ ਤੁਸੀਂ ਮੇਰੇ ਭਰਾ ਇੱਥੇ ਆਏ ਹੋ, ਹੈ ਨਾ। ਪਰ ਚੱਕਰ ਇਹ ਹੈ ਬਾਈ, ਜਦੋਂ ਇਹਦਾ ਨਾਮ ਆਇਆ ਲਿਸਟ, ਇਹਨੂੰ ਆਸ ਮਿਲ ਗਈ, ਇਹਨੂੰ ਉਮੀਦ ਮਿਲ ਗਈ ਕਿ ਭਾਈ ਸਾਹਿਬ ਮੈਨੂੰ ਨੌਕਰੀ ਮਿਲਣ ਲੱਗੀ ਹੈ। ਹੁਣ ਇਹਦੇ ਘਰਦਿਆਂ, ਫਾਦਰ ਸਾਹਿਬ ਹੈ ਨਹੀਂ, ਡੈਥ ਹੋ ਗਈ, ਫਾਦਰ ਸਾਹਿਬ ਦੀ ਰੇਹੜੀ ਲਾਉਂਦਾ ਸੀ ਇਹ ਫਰੂਟ ਦੀ। ਤੁਸੀਂ ਇਹ ਗੱਲ ਦੇਖੋ, ਜਦੋਂ ਇਹਨੂੰ ਨੌਕਰੀ ਮਿਲੀ, ਸਾਰੇ ਘਰ 'ਚ ਖੁਸ਼ੀ ਦੀ ਲਹਿਰ ਪਹੁੰਚ ਗਈ ਕਿ ਸ਼ੁਕਰ ਹੈ ਸਾਡਾ ਵੀ ਸੰਘਰਸ਼, ਮੈਂ ਕਿਹਾ ਪੂਰਾ ਹੋਇਆ। ਤਾਂ ਜਦੋਂ ਦੂਜੀ ਲਿਸਟ ਆਈ ਹੈ ਸਾਹਿਬ, ਉਹਦੇ ਵਿੱਚ ਇਹਦਾ ਨਾਮ ਹੀ ਨਹੀਂ, ਤਾਂ ਸੋਚੋ ਇਹਦੇ ਨਾਲ ਇਹ ਕਹਿੰਦਾ ਮੈਂ ਸੁਸਾਈਡ ਕਰਨ ਲੱਗਿਆ ਸੀ, ਕਹਿੰਦਾ ਮੈਂ ਡਿਪਰੈਸ਼ਨ 'ਚ ਜਾਣ ਲੱਗਿਆ ਸੀ। ਜਿਹੜਾ ਰੋਲ ਮਾਡਲ ਦੂਜਿਆਂ ਨੂੰ ਡਿਪਰੈਸ਼ਨ 'ਚੋਂ ਕੱਢ ਕੇ ਸਹੀ ਖੇਡਾਂ ਵਾਲੇ ਪਾਸੇ ਤੋੜਦਾ, ਅੱਜ ਉਹੀ ਕਹਿੰਦਾ ਕਿ ਭਾਈ ਸਾਹਿਬ ਮੈਂ ਸੁਸਾਈਡ ਕਰਨ ਲੱਗਿਆ ਸੀ। ਬਾਈ ਜੀ, 1200 ਤੋਂ 1300 ਬੱਚਾ ਇਹਦੇ ਥੱਲੇ ਅੰਡਰ ਪ੍ਰੈਕਟਿਸ ਕਰਦਾ, ਕਰਾਟੇ ਦੀ ਟ੍ਰੇਨਿੰਗ ਕਰਦਾ, ਪ੍ਰੈਕਟਿਸ ਕਰਕੇ ਅੱਗੇ ਸਿੱਖਦਾ ਆ, ਅਤੇ ਉਹ ਨੈਸ਼ਨਲ ਲੈਵਲ 'ਤੇ ਜਾਂਦੇ ਨੇ। ਇਹ ਕੋਈ ਤਰੁਣ ਆਪਣੇ ਆਪ ਨੂੰ ਰਿਪ੍ਰੈਜੈਂਟ ਨਹੀਂ ਕਰ ਰਿਹਾ, ਇਹ ਭਾਰਤ ਦੇਸ਼ ਨੂੰ ਰਿਪ੍ਰੈਜੈਂਟ ਕਰਦਾ, ਭਾਰਤ ਦੇਸ਼ ਤੋਂ ਬਾਅਦ ਇਹ ਪੰਜਾਬ ਨੂੰ ਰਿਪ੍ਰੈਜੈਂਟ ਕਰਦਾ। ਉਹੀ ਗੱਲ ਆ, ਹੁਣ USA ਜਿੱਤ ਕੇ ਆਇਆ, USA ਗੋਲਡ ਮੈਡਲ ਜਿੱਤ ਕੇ ਆਇਆ, ਤਾਂ ਸਾਹਿਬ ਅਸੀਂ ਪੂਰੀ ਦੁਨੀਆ ਜਿੱਤ ਕੇ ਨਾ ਆਪਣੇ ਪੰਜਾਬ ਤੋਂ ਹਾਰ ਗਏ ਹਾਂ। ਤਾਂ ਦੇਖੋ ਕਿੰਨੀ ਵੱਡੀ ਤ੍ਰਾਸਦੀ ਆ ਇਹ, ਕਿ ਇਹ ਇੰਨਾ ਦੂਰ ਤੱਕ ਜਾ ਕੇ, ਉੱਥੇ ਤਾਂ ਇਹਨਾਂ ਨੂੰ ਹੱਥਾਂ 'ਤੇ ਚੱਕ ਲੈਂਦੇ ਨੇ ਉਹ, ਉੱਥੇ ਤਾਂ ਇਹਨਾਂ ਨੂੰ ਹੌਸਲਾ, ਇਹਨਾਂ ਦਾ ਜਜ਼ਬਾ ਇਹਨਾਂ ਨੂੰ ਮੁੱਖ ਰੱਖਦੇ ਨੇ ਕਿ ਤੁਸੀਂ ਤਾਂ ਸਾਡੇ ਨੌਜਵਾਨਾਂ ਬੱਚਿਆਂ ਨੂੰ ਦਿਖਾਉਂਦੇ ਨੇ ਕਿ ਆਹ ਦੇਖੋ ਜੀ, ਪਰਮਾਤਮਾ ਨੇ ਤੁਹਾਨੂੰ ਸਾਰਾ ਕੁਝ ਸਹੀ ਕੀਤਾ ਤਾਂ ਤੁਸੀਂ ਘਰੇ ਬੈਠੇ ਹੋ। ਆਹ ਤਾਂ ਮੈਂ ਕਹਿੰਦਾ ਇਹ ਰੋਲ ਮਾਡਲ ਨੇ ਸਾਡੇ। ਮਾਨ ਸਾਹਿਬ ਨੂੰ ਬੇਨਤੀ ਆ, ਕੋਈ ਪੋਲੀਟੀਕਲ ਇਹਦੇ ਵਿੱਚ ਏਜੰਡਾ ਨਾ ਦੇਖਿਆ ਜਾਵੇ, ਕੋਈ ਇਹ ਨਾ ਦੇਖਿਆ ਜਾਵੇ। ਤੁਸੀਂ ਮੀਥੇਰ ਸਾਹਿਬ ਇਹਨਾਂ ਦੇ ਨਾਲ ਧਰਨੇ ਲਾਉਂਦੇ ਰਹੇ ਨੇ, ਮੀਥੇਰ ਸਾਹਿਬ ਇਹਨਾਂ ਨਾਲ ਡਾਂਗਾ ਖਾਂਦੇ ਰਹੇ ਨੇ। ਉਦੋਂ ਕਾਂਗਰਸ ਦੀ ਸਰਕਾਰ ਸੀ, ਅਸੀਂ ਤਾਂ ਕਹਿੰਦੇ ਹਾਂ ਕਾਂਗਰਸ ਦੀ ਸਰਕਾਰ ਉਦੋਂ ਨਿਕੰਮੀ ਸੀਗੀ ਜੀ ਕਿ ਇਹਨੂੰ ਨੌਕਰੀ ਨਹੀਂ ਦੇ ਸਕੀ, ਪਰ ਸਾਹਿਬ ਹੁਣ ਸਾਡੇ ਨਿਕੰਮੇ ਪੁਣੇ ਨੂੰ ਅਸੀਂ ਸਾਰੇ ਨਿਕੰਮੇ ਸੀ, ਸਾਨੂੰ ਹਟਾ ਕੇ ਉਹਨਾਂ ਨੇ ਤੁਹਾਡੀ ਸਰਕਾਰ ਬਣਾਈ ਹੈ। ਹੁਣ ਤੁਸੀਂ ਨਾ ਨਿਕੰਮੇ ਬਣੋ, ਤੁਸੀਂ ਨਾ ਉਹ ਦਰਸ਼ਨੀ ਘੋੜੇ ਬਣੋ ਜਿਹੜੇ ਬਸ ਦੇਖਦੇ ਨੇ। ਗੱਲ ਕੀਤੀ ਜਾਵੇ, ਤੁਸੀਂ ਖੁਦ ਹੀ ਗੱਲ ਕਰ ਲਈ, ਸਰਕਾਰ ਕਾਂਗਰਸ ਦੀ ਪਹਿਲਾਂ ਰਹੀ ਹੈ, ਤੁਸੀਂ ਖੁਦ ਕਾਂਗਰਸ ਨੂੰ ਰਿਪ੍ਰੈਜੈਂਟ, ਇਹ ਕਿਤੇ ਨਾ ਕਿਤੇ ਪੋਲੀਟੀਕਲ ਸਿਨੈਰੀਓ ਨਹੀਂ ਜੁੜਦਾ? ਨਹੀਂ, ਉਦੋਂ ਬਾਈ ਮੇਰਾ ਕਿਹੜਾ ਡੈਡੀ ਮੁੱਖ ਮੰਤਰੀ ਸੀਗਾ ਕਿ ਮੈਂ ਆਪਣੇ ਡੈਡੀ ਦੀ ਬਾਂਹ ਫੜ ਕੇ ਕਹਿੰਦਾ ਕਿ ਇਹ ਕਰ ਲਿਆ। ਅਸੀਂ ਆਮ ਘਰਾਂ 'ਚ ਉੱਠੇ ਹਾਂ, ਮੈਨੂੰ ਇੱਕ ਸਾਲ ਸੱਤ ਅੱਠ ਮਹੀਨੇ ਹੋਏ ਪ੍ਰਧਾਨ ਬਣੇ ਨੂੰ। ਚੱਕਰ ਇਹ ਹੈ ਨਾ ਬਾਈ, ਉਦੋਂ ਕਿਸੇ ਨੇ ਕੁਛ ਕਰਿਆ ਨਹੀਂ, ਕੈਪਟਨ ਅਮਰਿੰਦਰ ਸਿੰਘ ਜੀ ਤਾਂ ਕੁਛ ਕਰਦੇ ਹੀ ਨਹੀਂ ਸੀਗੇ, ਤਾਂ ਹੀ ਤਾਂ ਸਾਨੂੰ ਲੋਕਾਂ ਨੇ ਸਾਈਡ 'ਤੇ ਕਰਿਆ। 5 ਮਿੰਟਾਂ ਦੇ MSP ਦੀ ਗੱਲ ਕਰਦੇ ਸੀ, ਅੱਜ ਸ਼ੁਭਕਰਨ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਇਸ ਲਈ ਇਹਨਾਂ ਨੂੰ ਲੋਕਾਂ ਨੇ ਮੌਕਾ ਦਿੱਤਾ ਸੀਗਾ, ਬਦਲਾਵ ਦੇਖਣਾ ਸੀਗਾ, ਆਹ ਬਦਲਾਵ ਤੁਹਾਡੇ ਸਾਹਮਣੇ ਆ। ਤੁਸੀਂ ਕੋਈ ਅਪਰੋਚ ਕੀਤੀ ਹੁਣ ਸਰਕਾਰ ਨੂੰ? ਅਪਰੋਚ ਤਾਂ ਬਾਈ ਇੰਨੀ ਅਪਰੋਚ ਕੀਤੀ ਕਿ ਸਾਡੇ ਤਲੀਏ ਕੱਸ ਕੇ ਬੂਟਾਂ ਦੀਆਂ, ਇੰਨੀ ਅਪਰੋਚ ਕਰਕੇ 1.5 ਸਾਲ ਤੋਂ ਅਪਰੋਚ ਹੀ ਕਰ ਰਹੇ ਹਾਂ। ਨਵੇਂ ਬੂਟ ਲੈਣੇ ਪਏ ਆ ਤਰੁਣ ਨੂੰ ਵੀ ਅਤੇ ਮੈਨੂੰ ਵੀ, ਇੰਨੀ ਜ਼ਿਆਦਾ ਅਪਰੋਚ ਕੀਤੀ। ਹੁਣ ਫਿਰ ਡਾਇਰੈਕਟਰ ਸਪੋਰਟ ਦੇ ਘਰ ਜਾਵਾਂਗੇ, ਪਰ ਡਾਇਰੈਕਟਰ ਸਪੋਰਟ ਦੀ ਇਹਦੇ 'ਚ ਕੋਈ ਗਲਤੀ ਨਹੀਂ। ਡਾਇਰੈਕਟਰ ਸਪੋਰਟ ਦੀ ਤਾਂ ਆਪ ਨੌਕਰੀ ਮੁੱਖ ਮੰਤਰੀ ਲਿਆਉਂਦਾ, ਉਹ ਇਹਨੂੰ ਵਿਚਾਰ ਨੂੰ ਨੌਕਰੀ ਕੀ ਦੇਊਗਾ? ਨੌਕਰੀ ਜੇ ਦੇਣੀ ਆ ਤਾਂ ਮੁੱਖ ਮੰਤਰੀ ਪੰਜਾਬ ਨੇ ਨੌਕਰੀ ਦੇਣੀ ਆ, ਤਰਸ ਦੇ ਆਧਾਰ 'ਤੇ ਨਾ ਨੌਕਰੀ ਦਿਓ, ਕਿਉਂਕਿ ਇਹ
ਇਹ ਤੁਹਾਡੇ 'ਤੇ ਤਰਸ ਕਰ ਸਕਦਾ? ਇਹ 'ਤੇ ਕੋਈ ਤਰਸ ਦੇ ਆਧਾਰ 'ਤੇ ਨੌਕਰੀ, ਤੁਸੀਂ ਇਹ ਸੋਚੋਗੇ ਜੀ ਇਹਨੂੰ ਪੈਸੇ ਦੇ ਰਹੇ ਅਸੀਂ ਤਰਸ ਦੇ ਆਧਾਰ 'ਤੇ ਦੇ ਰਹੇ ਹਾਂ, ਉਹ ਆਪਣੇ ਪੰਜਾਬ ਦਾ ਛੱਡੋ, ਆਪਣੇ ਭਾਰਤ ਦੇ ਇਹ ਨੌਜਵਾਨਾਂ ਨੂੰ ਦੇਖ ਰਿਹਾ ਕਿ ਉਹਦੇ ਤਰੂ ਨਰਕਾ ਬਣਨਾ ਤੂੰ, ਇਹਦੀ ਕਮਾਈ ਆ ਇਹ ਸਭ, ਇਹ ਭੀਖ ਨਹੀਂ ਮੰਗਦਾ, ਇਹ ਲੜਦਾ ਹਾਲਾਤਾਂ ਦੇ ਨਾਲ, ਤਾਂ ਅੱਜ ਇੱਥੇ ਬੈਠਾ ਇਹ। ਗੱਲ ਫਿਰ ਇੱਕ ਤੁਹਾਡੇ ਕੋਲ ਕਰਦੇ ਆ, ਜੋ ਪਤਾ ਤੁਸੀਂ ਫਰੂਟ ਦੀ ਰੇਹੜੀ ਲਾਉਣੇ ਨਾਲ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੋ, ਸਟਿਲ ਵੀ ਇਹੀ ਕਰ ਰਹੇ ਹੋ? ਹਾਂਜੀ, ਮੈਂ ਵੀ ਇਹੀ ਕਰ ਰਿਹਾ, ਜੇ ਮੈਂ ਗਰੀਬ ਬੱਚਿਆਂ ਨੂੰ ਟ੍ਰੇਨਿੰਗ ਦਿੰਦਾ ਅਤੇ ਕਈ ਹੈਂਡੀਕੈਪ ਬੱਚੇ ਨੇ ਜਿਹਨਾਂ ਨੂੰ ਟ੍ਰੇਨਿੰਗ ਦਿੰਦਾ, ਅਤੇ ਸਬਜ਼ੀ ਦਾ ਕੰਮ ਫਾਦਰ ਸਾਹਿਬ ਕਰਦੇ ਸੀ, ਉਹੀ ਮੈਂ ਇੰਨਾ ਕਰ ਨਹੀਂ ਸਕਦਾ, ਮੈਂ ਮੇਰੀ ਕੰਡੀਸ਼ਨ ਹੈਗੀ ਹੈ, ਮੈਂ ਤੋਲ ਵੀ ਨਹੀਂ ਸਕਦਾ, ਅਤੇ ਉਹ ਮੇਰਾ ਹੁਣ ਛੋਟਾ ਬ੍ਰਦਰ ਮੇਰੇ ਨਾਲ ਹੀ ਕੰਮ ਕਰਦਾ, ਉਹਦੇ ਨਾਲ ਹੀ ਕਰਦਾ, ਕੋਈ ਜ਼ਿਆਦਾ ਚੱਲਦਾ। ਪੰਜਾਬ ਸਰਕਾਰ ਦੀ ਗੱਲ ਕਰਦੇ, ਪੰਜਾਬ ਸਰਕਾਰ ਕਹਿੰਦੇ ਅਸੀਂ ਲੋਕਾਂ ਦੀ ਸਪੋਰਟ ਕਰਦੇ ਹਾਂ, ਕੀ ਆਸ ਰੱਖਦੇ ਹੋ? ਮੈਂ ਵੀ ਉਮੀਦ ਹੀ ਲਾ ਕੇ ਬੈਠਾ ਕਿ ਕਦ ਮੇਰੀ ਸਪੋਰਟ ਹੋਊਗੀ, ਕਦ ਭਗਵੰਤ ਮਾਨ ਸਾਹਿਬ ਜੀ ਮੇਰੇ ਘਰ ਵੀ ਦੇਖਣਗੇ। ਹੁਣ ਭਗਵੰਤ ਮਾਨ ਸਾਹਿਬ ਜੀ ਨੂੰ ਕ੍ਰਿਕਟ ਵਾਲਾ ਮੁੰਡਾ ਦਿਖਿਆ ਵੀ ਉਹਦਾ ਮੁੰਡਾ ਚੱਕ ਲਿਆ, ਹੋਕੀ ਵਾਲਾ ਪਲੇਅਰ ਦਿਖਿਆ ਉਹਦਾ ਮੁੰਡਾ ਚੱਕ ਲਿਆ, ਕਿ ਮੈਂ ਦਿਖਦਾ ਨਹੀਂ। ਬਾਈ ਭਗਵੰਤ ਮਾਨ ਜੀ ਦੇ ਵੀ ਬੇਟੀ ਹੋਈ ਆ, ਹੁਣ ਉਹ ਕਿਹਨੂੰ ਰੋਲ ਮਾਡਲ ਦਿਖਾਉਣਗੇ? ਕਿ ਆਪਾਂ ਜਦੋਂ ਗੁਰੂਆਂ ਦੀ ਬਾਣੀ ਸੁਣਾਉਂਦੇ ਹਾਂ ਬੱਚਿਆਂ ਨੂੰ, ਗੁੜਤੀ ਦਿੰਦੇ, ਆਪਾਂ ਇਹ ਕਹਿੰਦੇ ਹਾਂ ਨਾ ਕਿ ਦੇਖੋ ਸਾਡੇ ਗੁਰੂਆਂ ਨੇ ਕਿੰਨੀ ਸੰਘਰਸ਼ੀਲ ਇਹ ਕੁਰਬਾਨੀਆਂ ਦਿੱਤੀਆਂ ਨੇ, ਸਾਡੇ ਗੁਰੂ ਨੇ ਸਿਖਾਇਆ ਕਿ ਜੇ ਤੁਸੀਂ ਗਲਤ ਨੂੰ ਗਲਤ ਨਹੀਂ ਕਹੋਗੇ ਤੁਸੀਂ ਗਲਤ ਹੋ। ਤਾਂ ਸਾਹਿਬ ਮਾਨ ਸਾਹਿਬ ਦੇ ਵੀ ਬੇਟਾ, ਜਦੋਂ ਬੇਟੀ ਜਦੋਂ ਬੇਟੀ ਵੱਡੀ ਹੋਣੀ ਹੈ ਤਾਂ ਉਹ ਵੀ ਕਿਸੇ ਨੂੰ ਰੋਲ ਮਾਡਲ ਮੰਨੂਗੀ, ਉਹ ਗੈਂਗਸਟਰ ਨੂੰ ਰੋਲ ਮਾਡਲ ਮੰਨੂਗੀ ਜਿਹੜੇ ਜੇਲ੍ਹਾਂ 'ਚੋਂ ਫੋਨ ਕਰ ਕਰਕੇ ਫਿਰੌਤੀਆਂ ਮੰਗ ਲੈਂਦੇ ਨੇ, ਕਿਹਨੂੰ ਰੋਲ ਮਾਡਲ ਮੰਨੂਗੀ ਉਹ? ਉਹ ਇਹਨਾਂ ਵਰਗੇ ਨੌਜਵਾਨਾਂ ਨੂੰ ਰੋਲ ਮਾਡਲ ਬਣੂਗੀ ਕਿ ਸਾਰੇ ਹਾਲਾਤਾਂ ਨੂੰ ਛੱਡ ਕੇ ਚਟਾਨ ਵਾਂਗੂ ਖੜਾ ਇਹ। ਜੇ ਤੁਹਾਡੀ ਗੱਲ ਫਿਰ ਵੀ ਨਾ ਸੁਣੀ ਗਈ, ਤੁਹਾਡਾ ਅਗਲਾ ਸਟੈਪ? ਬਾਈ ਅਸੀਂ ਫਿਰ ਕੋਰਟ 'ਚ ਜਾਵਾਂਗੇ, ਕੋਰਟ 'ਚ ਤਾਂ ਨਹੀਂ ਪਹਿਲਾਂ ਜਾ ਰਹੇ, ਲੋਕ ਕਹਿੰਦੇ ਸਬ ਜੁਡੀਸ਼ਲ ਮੈਟਰ ਹੈ, ਇਹ 'ਤੇ ਅਸੀਂ ਕੁਛ ਕਰ ਨਹੀਂ ਸਕਦੇ। ਪਹਿਲਾਂ ਚੰਗੀ ਤਰ੍ਹਾਂ ਇਹਨਾਂ ਦੇ ਦਰ ਖੜਕਾਵਾਂਗੇ, ਇਹਨਾਂ ਦਾ ਜਲੂਸ ਕੱਢਾਂਗੇ, ਉਸ ਤੋਂ ਬਾਅਦ ਜਾ ਕੇ ਅਸੀਂ ਕੋਰਟ ਦੇ ਵਿੱਚ ਜਾਵਾਂਗੇ। ਬਾਈ ਸਰਕਾਰ ਵੱਲੋਂ ਨੌਕਰੀ ਦੀ ਮੰਗ ਕਰਦੇ ਨੇ, ਜੋ ਹੱਕ ਇਹਨਾਂ ਦਾ ਬਣਦਾ ਉਸਨੂੰ ਲੈ ਕੇ ਸਰਕਾਰ ਨੂੰ ਮਿਲਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਅਤੇ ਜੇ ਗੱਲ ਨਾ ਸੁਣੀ ਗਈ ਤਾਂ ਕੋਰਟ 'ਚ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਏਗਾ ਸਰਕਾਰ ਇਸ ਮਸਲੇ 'ਤੇ ਕੀ ਸੰਗਿਆ ਲੈਂਦੀ ਹੈ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਰਵੀ ਜਾਖੋ।